ਮਾਰਦਾ ਲਿਸ਼ਕਾਂ ਬਿਜਲੀ ਚਮਕਦੇ ਨੇ ਮੋਬਾਈਲ ਆਰ ਓ ਥੋੜੀ ਹੈ ਇਹ ਤਾਂ ਟੈਲੀਵਿਜ਼ਨ ਤੇ ਆਪਣੀ ਸੁਭਾਅ ਚ ਬਿੱਲੀ ਸੂਈ ਦੀ ਤੇ ਉਦੋਂ ਬਾਅਦ ਸਾਨੂੰ ਇੱਕ ਗਾਣਾ ਔਡ ਆਇਆ ਸਾਡੇ ਘਰੇ ਬਿੱਲੀ ਸੂਈ ਹੈ ਜੇ ਤੇ ਬਿੱਲੋ ਬਲੋਂਗ ਉੜੇ ਲੈਣੇ ਅੱਜ ਦਾ ਵਲੌਗ ਮੇਨ ਇਹੀ ਆ ਵੀ ਤਾਏ ਨੇ ਲਿਆ ਨਵਾਂ ਫੋਨ ਯਾਰ ਹਲੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਹੁਣ ਮੇਰੇ ਨੇ ਵਲੌਗ ਦੀ ਸ਼ੁਰੂਆਤ ਆ ਹੱਥ 'ਚ ਡੱਬੀ ਦੇਖ ਕੇ ਤੁਸੀਂ ਪਛਾਣ ਹੀ ਗਏ ਹੋਵੋਗੇ ਅੱਜ ਬੰਬ ਚਲਾਉਣੇ ਨੇ ਅੱਜ ਬਰਸੀਨ ਦੀ ਰੱਖਣੀ ਹੈ ਰੱਖਿਆ ਕਿਉਂਕਿ ਕੀੜਿਆਂ ਦਾ ਪ੍ਰਬੰਧ ਕਰਨਾ ਤੋਂ ਬਾਅਦ 'ਚ ਕਲੋਰੋ ਮਾਰਨੀ ਹੈ ਆਲੇ ਦੁਆਲੇ ਅਤੇ ਹੁਣ ਕਬੂਤਰ ਆਉਂਦੇ ਨੇ ਜੇ ਫਿਰ ਪੜਾਕੇ ਪੜੂਕੇ ਚਲਾ ਦਿੰਦੇ ਹਾਂ ਦੇਖਦੇ ਰਹੋ ਅੱਜ ਬਣਦਾ ਕੀ ਹੈ ਅਤੇ ਹੁਣ ਆਪਾਂ ਨੇ ਮੈਨਾ ਸੀਨ ਲਹਿਰੇ ਤੋਂ ਲਿਆ ਕੇ ਸਪੈਸ਼ਲ ਆਲੇ ਦੁਆਲੇ ਵਾਹਣ 'ਤੇ ਖੰਡਿਆ ਤੀ ਚਿੱਟੀ ਚਿੱਟੀ ਹੈ ਇਹ ਖੰਡਾਈ ਤਾਂ ਗੀ ਵੀ ਕੀੜੇ ਅੰਦਰ ਨਾ ਵੜਨ ਇਹਦਾ ਕੋਈ ਹੋਰ ਹੱਲ ਨਹੀਂ ਜੂੰ ਇਹਦੇ ਨਾਲ ਕੀੜੇ ਮਰ ਜਾਂਦੇ ਨੇ ਉਹਨਾਂ ਤੋਂ ਮੈਂ ਇੱਕ ਹੋਰ ਚੀਜ਼ ਪਹਿਲਾਂ ਕਰੀ ਸੀ ਪਹਿਲਾਂ ਮੈਂ ਤੁਹਾਨੂੰ ਦਿਖਾਈ ਦਿੰਦਾ ਪਹਿਲਾਂ ਮੈਂ ਇੱਕ ਕੰਮ ਕਰਿਆ ਸੀ ਹੁਣ ਆਹ ਦੇਖ ਲਓ ਕੀੜੇ ਨੇ ਜਿਹੜੇ ਸਾਰੇ ਉੱਧਰ ਭੌਣਕਣੀ ਮੁੜੇ ਜਾਂਦੇ ਨੇ ਪੁੱਛੋ ਕਿਉਂ ਕਿਉਂਕਿ ਮੈਂ ਭੌਣ 'ਤੇ ਪਾਤੀ ਮਿੱਟੀ ਕਿਉਂ ਇਹਦੇ ਨਾਲ ਕੀੜੇ ਇੱਕ ਤਾਂ ਮਰਨੇ ਨਹੀਂ ਉਹ ਅੱਜ ਸਾਰਾ ਦਿਨ ਹੁਣ ਉਹ ਖੱਡ ਖੋਲ੍ਹੀ ਜਾਣਗੇ ਆਪਦੀ ਖੱਡਾਂ ਖੋਲ੍ਹਣਗੇ ਉਰੇ ਭੌਣ 'ਤੇ ਮੈਂ ਮਿੱਟੀ ਪਾਤੀ ਸੀ ਖੱਡ ਖੋਲ੍ਹਣ ਦਾ ਇੱਕ ਇਹਦਾ ਐਂ ਫਾਇਦਾ ਵੀ ਇੱਕ ਤਾਂ ਕੀੜੇ ਮਰਨੇ ਨਹੀਂ ਅਤੇ ਇਸ ਤੋਂ ਬਾਅਦ ਚੌਲ ਲਿਆ ਕੇ ਪਾ ਦਾਂਗੇ ਰਾਤ ਨੂੰ ਅਤੇ ਚੌਲਾਂ 'ਤੇ ਲੱਗਣਾਂਗੇ ਅਤੇ ਆਪਣਾ ਜਿਹੜਾ ਸਰੋਂ ਹੈ ਜਾਂ ਕੋਈ ਹੋਰ ਬਰਸੀਨ ਹੈ ਮੱਖਣ ਘਾਹ ਗਾ ਉਹ ਮਤਲਬ ਚੁਗਣਾ ਨਹੀਂ ਹੈਗਾ ਇਹਨਾਂ ਨੇ ਇਹਦਾ ਫਾਇਦਾ ਹੁੰਦਾ ਜਿਹੜੀ ਉਹ ਮੈਨਾ ਸੀ ਨਾ ਅਤੇ ਉਹ ਸਿਉਂਖ ਨੂੰ ਵੀ ਮਾਰਦੀ ਆ ਸਿਉਂਖ ਨੂੰ ਮਾਰਦੀ ਆ ਅਤੇ ਹੋਰ ਆ ਲਵਾਂਗਾ ਕੀੜੇ ਮਕੌੜਿਆਂ ਨੂੰ ਹੋਰ ਨੂੰ ਚੋਪੜ ਦਿੰਦੀ ਆ ਉਹਦਾ ਇਹ ਫਾਇਦਾ ਵੀ ਕੀੜੇ ਵੀ ਨਹੀਂ ਲਵੇ ਲੱਗਣ ਦੀ ਅਤੇ ਇਹਦੇ ਨਾਲ ਜਿਹੜੀ ਆਪਣੀ ਫਸਲ ਹੈ ਉਹ ਵਧੀਆ ਰਹਿੰਦੀ ਹੈ ਅਤੇ ਮਿੱਤਰ ਦੇ ਲੱਗੀ ਸੀ ਥੋੜ੍ਹੀ ਬੁੱਲ ਅਤੇ ਸੱਟ ਅਤੇ ਉਹਨੂੰ ਠੀਕ ਕਰਾਉਣ ਵਾਸਤੇ ਹੋਸਪਿਟਲ ਪਹੁੰਚੇ ਹੋਏ ਹਾਂ ਬੜਾ ਮਾੜਾ ਹੈ ਥੋੜ੍ਹੀ ਉਹ ਵੱਜੇ ਸੱਟ ਤਾਂ ਕੋਈ ਚੱਕਰ ਨਹੀਂ ਹੈਗਾ ਬਸ ਮੈਂ ਰੋਟੀ ਖਾਣੀ ਸੀ ਅਤੇ ਫਿਰ ਆ ਗਏ ਐੱਲ ਜੀ ਕੰਪਨੀ ਵਾਲੇ ਪਾਣੀ ਸਪਲਾਈ ਕਰਨਾ ਹੈ ਬੰਦ ਆ ਪਿੰਡ ਦਾ ਵਿਊ ਹੈ ਹੁਣ ਜਾਂਦੇ ਹੇਠਾਂ ਦੇਖਦੇ ਆਰ ਓ ਕਿੱਦਾਂ ਦਾ ਆਰ ਓ ਆ ਅਤੇ ਸਿੱਧੀ ਬੁੱਕ ਕਰਾਏ ਤੀ ਇਹ ਪਿੰਡ ਦੇਖੀ ਦੇਖਦੇ ਹਾਂ ਹੇਠਾਂ ਜਾ ਕੇ ਹਾਂ ਕਰਤੇ ਵੀਰੇ ਇੱਧਰੋਂ ਮੈਂ ਦੂਜੀ ਸਪਲਾਈ ਹਾਂ ਹੈਗਾ ਤੇ ਹਾਂ ਠੀਕ ਹੈ ਫਿਲਟਰ ਵੀ ਵੀਰੇ ਵਿੱਚ ਲੱਗ ਜੂਗਾ ਇਹਦੇ ਉੱਤੇ ਅੰਦਰ ਹੀ ਉੱਪਰ ਲੱਗਾ ਉੱਪਰ ਪਤਾ ਕਿੱਦਾਂ ਲੱਗਾ ਮਾਰਦਾ ਲਿਸ਼ਕਾਂ ਬਿਜਲੀ ਚਮਕਦੇ ਨੇ ਮੋਬਾਈਲ ਆਰ ਓ ਥੋੜ੍ਹੀ ਹੈ ਇਹ ਤਾਂ ਟੈਲੀਵਿਜ਼ਨ ਹੈ ਦੇਖਦੇ ਅੱਗੇ ਕੀ ਬਣਦਾ ਬਾਕੀ ਦਾ ਦਿਨ ਅੱਗੇ ਦੇਖੋ ਇਹ ਤਾਂ ਲਵਾ ਲਿਆ ਐਂ ਚੱਲਦਾ ਸੱਚੇ ਆਪਣੀ ਸੁਭਾਅ 'ਚ ਬਿੱਲੀ ਸੂਈ ਦੀ ਅਤੇ ਉਦੋਂ ਬਾਅਦ ਸਾਨੂੰ ਇੱਕ ਗਾਣਾ ਔਡ ਆਇਆ ਸਾਡੇ ਘਰੇ ਬਿੱਲੀ ਸੂਈ ਹੈ ਜੇ ਤੇ ਬਿੱਲੋ ਬਲੋਂਗ ਉੜੇ ਲੈਣੇ ਵਾਜੀ ਵਾਦਾਂ ਤਾਂ ਦੇਖੋ ਕਿਵੇਂ ਕੱਢਦੇ ਨੇ ਐਂ ਜੀ ਕਰਦਾ ਚੋਬਰ ਹਾਂ ਜੀ ਉਹ ਗਾਣਾ ਸੱਚ ਹੁੰਦਾ ਨਜ਼ਰ ਆ ਰਿਹਾ ਗਾ ਸਾਡੇ ਘਰੇ ਬਿੱਲੋ ਬਿੱਲੀ ਸੂਈ ਹੈ ਜੇ ਤੇ ਬਿੱਲੋ ਬਲੋਂਗੜੇ ਲੈਣੇ ਵਾਜੀ ਵਾਹ ਘਰੇ ਪੈ ਗਈਆਂ ਗਾਲਾਂ ਕਹਿੰਦੇ ਤੂੰ ਤੜਕੇ ਲੈ ਰਹੇ ਤੂੰ ਸਮਾਨ ਲਿਆਂਦਾ ਸੀ ਨਾ ਤਾਂ ਢੋਲੀ ਸੈੱਟ ਕਰੀ ਨਾ ਤੂੰ ਖੇਤ ਕਬੂਤਰ ਉਡਾਉਣ ਗਿਆ ਬਾਈ ਤੁਸੀਂ ਬਲੌਗ ਦੇਖ ਰਹੇ ਹੋ ਸਾਰੇ ਜਣੇ ਦੱਸੋ ਮੈਂ ਵਿਹਲਾ ਕਦੋਂ ਹੋਇਆ ਮੈਂ 1 ਵਜੇ ਆਇਆ ਮਿਸਤਰੀ ਦੇ ਮਤਲਬ ਸੱਟ ਵੱਜੀ ਤੀ ਉਹਦੇ ਟਾਂਕੇ 'ਚ ਲਵਾ ਕੇ ਆਇਆ ਸਹੀ
एक बजे आके फिर मैं रोटी खाधी अद्धा घंटा, फिर मैं हूँ कम लग रहा, मतलब मैं सा लैके गया, हूँ मैं मुड़ के आया थी तो आ लग गया। हूँ बंदा करे ना करे की करे, मेरे छत्तर पै गए दुआ च, फिर स्प्रे भी करनी है ताऊ मैं ता, तू भी यही करता होना, तू खड़ा होना ना, मैं सारे भड़के खड़ जाना भाई। आपने करती है कलोरो की स्प्रे सारे वाहन के आले दुआले आदि टोली, क्योंकि कीड़े ज्यादा हो गए थे, कुछ पंछी ज्यादा होने दी मुश्किल नाल, ना पंछी आने वाले का मरू स्यौक, सारा कुछ पाबंदियां मतलब अपने पूरी लाती, ये गौर रखने वाली गल्ला होंगे ने कीड़िया ते पंछियां ते स्यौक तो बचा के आपकी फसल ते डाया डप्पा पा के। मुक की टोली ये करती आले दुआले, यस यस बॉस यस, ओह माय गॉड, चप्पल गड़ियां पई ने हमने डेढ़ हो रखे ने जीवरे वीरो ओ खर्चो यार, तुसी वीडियो बनाउंदे तो मुड़दा मरदा नहीं है, उन्हें इना सोहना फोन है, आले दुआले खट्टियां धारियां पई, इन्हें क्या वास्ता ने कद्दू रंगियां, चलो कोई गल नहीं अपने रंगा च फर्क है, जड़िया असी खट्टियां पड़िया ने वो अही ने क्या वास्ता ने, देख देख इधर लाइट मार लग रहा, कोठी नहीं चमकती, तेरा फोन चमकदा देख क्या वास्ता ने, लिशकू लिशकू करता आ नवा फोन लिया ताए ने, अज का ब्लॉग मेन यही है भी ताए ने लिया नवा फोन, होका दवा की जी ना मैं स्टोरी पाई मेरे ब्लॉग चुन वास्ते इधर चाको सारिया मेरे ब्लॉग के स्वागत है, यस कटो उधर बच्चा भी आ गया, ओह माय गॉड, तो इतना ब्लॉग तो इन्होंने पाने कख तो लेने नहीं यार, ताया दे रहा है